ਕਈ ਬੱਚੇ ਐਵੇਂ ਵਿਚਾਰੇ ਇਹ ਜਨਾਬ ਹੈਡ ਸਦਨਾਈ ਤੇ ਜਾ ਕੇ ਪਾਈ ਆਸੀ ਉਹਨਾਂ ਦੇ ਸ਼ਹਿਰ ਕਬਦਰ ਹਕੀਮ ਦੇ ਲਾਕੇ ਪਾਈ ਗਾਦ ਨਹੀਂ ਆ ਰਹੀ ਬਈ ਕੋਈ ਕੋਈ ਬਾਤ ਸੁਣ ਅਸਲ ਚ ਨਾ ਕੁਰਸੀਆਂ ਵਾਲੇ ਬੰਦੇ ਅੱਗੇ ਨੇ ਤੇ ਮੈਨੂੰ ਨਜ਼ਰ ਨਹੀਂ ਆਉਂਦਾ ਤੇ ਚਲੋ ਕੋਈ ਨਹੀਂ ਤਵੱਜੋ ਰੱਖੋ ਤੁਸੀਂ ਜਿਤਨੀ ਮੇਰੇ ਚਾਹੁੰਦੇ ਤੁਹਾਨੂੰ ਚਾਹੀਦਾ ਸੀ ਖੁੱਲੀ ਗਰਾਊਂਡ 'ਚ ਜਲਸਾ ਰੱਖਦੇ ਅੱਜ ਇਹ ਚੌਕ ਸੀ ਤੇ ਅੱਲਾ ਚਲੋ ਕੋਈ ਪਿੱਪਲ 'ਤੇ ਚੜ੍ਹ ਕੇ ਬਹਿ ਜਾਂਦੇ ਬਹਿ ਜਾਂਦੇ ਅੱਲਾ ਸਭ ਦਾ ਆਰਾਮ ਕਬੂਲ ਫਰਮਾਏ ਔਰ ਇਤਨੇ ਮੈਂ ਚਾਹੁੰਦਾ ਆਈ ਸਲੂਕ ਯੂ ਕਹਿਤਾ ਹੂੰ ਤਲੰਬਾ ਵਾਲੋ ਕੋ ਅੱਲਾ ਕੀ ਕਸਮ ਹੈ ਮੈਂ ਬੜਾ ਹੀ ਪਾਕਿਸਤਾਨ 'ਚ ਫਿਰਨਾ ਤੁਹਾਡੀ ਹੈ ਮੁਹੱਬਤ ਖਲੋਣ ਵਾਲੀ ਬਸ ਜਿਹੜੇ ਖਲੋਤੇ ਨੇ ਜੀਬਾਂ ਦਾ ਖਿਆਲ ਰੱਖਿਆ ਜੇ ਕਸਮੇ ਅਹਿਮ ਤੁਹਾਨੂੰ ਨਸੀਹਤ ਹੈ ਮੇਰੀ ਕਿਉਂਕਿ ਖਲੋਤੇ ਬੰਦੇ ਦੀ ਜੇਬ ਛੇਤੀ ਕੱਢੀ ਜੀ ਹਾਂਜੀ ਮੈਂ ਤੁਹਾਡਾ ਖੈਰ ਖਾਂ ਨਾ ਮੈਂ ਤੁਹਾਨੂੰ ਐਡਵਾਂਸ ਦੱਸ ਦਿੱਤਾ ਸੱਚੀ ਗੱਲ ਹੈ ਜਿਹੜੀ ਗੱਲ ਬੰਦੇ ਨੂੰ ਨੁਕਸਾਨ ਹੋਣੀ ਹੋਵੇ ਨਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੱਤੀ ਇੱਕ ਦਿਨ ਮੇਰੇ ਨਾਲ ਸੈਲਫੀਆਂ ਲੈਂਦੇ ਰਹਿੰਦੇ ਮੇਰੀ ਜੇਬ 'ਤੇ ਵੀ ਸੈਲਫੀ ਨਹੀਂ ਪਈ ਹਾਂਜੀ ਸੱਚੀ ਗੱਲ ਕਰ ਰਿਹਾ ਮੈਂ ਤੁਹਾਨੂੰ ਸਮਝਾ ਰਿਹਾ ਬੱਚੋ ਤੁਸੀਂ ਆਪਣਾ ਧਿਆਨ ਰੱਖਿਆ ਜੇ ਇੰਨੇ ਬੰਦੇ ਬੈਠ ਕੇ ਹਜ਼ੂਰ ਦੇ ਨੌਕਰ ਖੜੇ ਜੇ ਕਮਲੀ ਵਾਲੇ ਮਹਬੂਬ ਦੇ ਚੌਕੀਦਾਰ ਖੜੇ ਨੇ ਮੈਂ ਕਸਮੇ ਬੜੇ ਬੜੇ ਸ਼ਹਿਰ ਫਿਰੇ ਨੇ ਲਾਮਾ ਤਾਰਕ ਜਮੀਲ ਸਾਹਿਬ ਕੇ ਸ਼ਹਿਰ ਮੇ ਆਕਰ ਮੈਂ ਯੇ ਇਤਨੀ ਮੁਹੱਬਤ ਦੇਖ ਕਰ ਕਹਿਣੇ ਪੇ ਮਜਬੂਰ ਹੋ ਗਿਆ ਹੂੰ ਆਂਦੇ ਹੀ ਲਾਹੌਰ ਲਾਹੌਰ ਹੈ ਪਰ ਮੈਂ ਕਵਾਂਗਾ ਤਲੰਬਾ ਤਲੰਬਾ ਹੀ ਹੈ ਨਾ ਮਜਬੂਰ ਐਸੇ ਐਸ ਦੁਨੀਆ ਮੁਹੱਬਤ ਨਾਲ ਖੜੀ ਹੈ ਵੈਸੇ ਮੈਂ ਆਪ ਕੀ ਇਹ ਮੁਹੱਬਤ ਕੋ ਇਹ ਜਿਹੜੇ ਪਾਨਾਂ ਵਾਲੀ ਦੁਕਾਨ ਤੇ ਖੜੇ ਮੈਂ ਕਵਾਂਗਾ ਮਿਸ ਯੂ ਤਲੰਬਾ ਵਾਲੋ ਕਸਮੇ ਇੰਨਾ ਪਿਆਰ ਆਪਣੀ ਦੁਕਾਨ ਛੱਡ ਕੇ ਕਰਾ ਭਾਵੇਂ ਕੋਟਰੋ ਫਟ ਜਾਵੇਗਾ ਹੋਵੇ ਉਹ ਮੇਰੇ ਵੱਲ ਧਿਆਨ ਰੱਖ ਕੇ ਅੱਲਾ ਇਹਦੀ ਉਮਰ 'ਚ ਬਰਕਤ ਪਾਇਆ ਕੀ ਨਾਮ ਹੈ ਇਸਕੀ ਦੁਕਾਨ ਕਾ ਰਹਿਮਾਨ ਪਾਨ ਸ਼ਾਹ ਚਲੋ ਨੀਲੂ ਲਾ ਲਓ ਜਿਹੜਾ ਮਰਜ਼ੀ ਹੋਵੇ ਕਹਿੰਦਾ ਜੀ ਅੱਲਾ ਇਹ ਜਿਵੇਂ ਤੁਸੀਂ ਆਏ ਜਿਹੜਾ ਮੈਂ ਦੁਆ ਕਰਨਾ ਹੈ ਡਾਕਟਰ ਮੁਦੱਸਰ ਸਾਹਿਬ ਮਸਰ ਅਮੀਰ ਮੇਰੇ ਚੰਦ ਮੇਰੇ ਮੱਖਣ ਔਰ ਹਰੀ ਨਸੂਲਾ ਸਾਹਿਬ ਅਮੀਰ ਸਾਹਿਬ ਔਰ ਫਰੂਕੀ ਸਾਹਿਬ ਔਰ ਇਨਕੇ ਸਾਥ ਜਿਤਨੇ ਰੁਫਾ ਕਾ ਮਿਹਨਤ ਕੀ ਅੱਲਾ ਆਜ ਕੀ ਇਸ ਮਹਿਫਲ ਕੀ ਬਰਕਤ ਅੱਲਾ ਮੁਲਕ ਪਾਕਿਸਤਾਨ ਕੋ ਕਰਜ਼ੋ ਕੀ ਦਲ ਦਰ ਸੇ ਨਿਕਾਲ ਦੇ ਯਾਰ ਆਪਣੇ ਮੁਲਕ ਕੇ ਲਈ ਉੱਚੀ ਆਮੀਨ ਦੁਆ ਕਰ ਹਾਂਜੀ ਔਰ ਅਸੀਂ ਕਰਜ਼ਾ ਲੈਣਾ ਇੰਜ ਭੁੱਲ ਜਾਈਏ ਜਿਵੇਂ ਹਕੂਮਤ ਵਾਅਦੇ ਕਰਕੇ ਭੁੱਲ ਗਈ ਸੱਚੀ ਗੱਲ ਕਰ ਅੱਲਾ ਸਾਡੇ ਮੁਲਕ ਨੂੰ ਉੱਚੀਆਂ ਕਰ ਦਵੇ ਬਈ ਤਵੱਜੋ ਵੀ ਬੱਚੇ ਲੈ ਕੰਮ ਕਰ